ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਪਿੰਡ ਜੰਡ ਖੜ੍ਹੇ ਹਾਂ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਹੈ ਨਾ। ਆਪਾਂ ਬਹੁਤ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬੀਅਤ ਦੀ ਬਹੁਤ ਗੱਲ ਕਰਦੇ ਹਾਂ, ਆਪਣੇ ਪਾਠੀ ਸਿੰਘਾਂ ਦੀ ਬਹੁਤ ਗੱਲ ਕਰਦੇ ਹਾਂ, ਆਪਣੇ ਪਿੰਡਾਂ 'ਚੋਂ ਸੇਵਾ ਲੱਭ ਕੇ ਉਹਨਾਂ ਨੂੰ ਬਚਾਉਣ ਦੀ, ਆਪਣੇ ਆਪਣੇ ਪਿੰਡ ਸਾਂਭਣ ਦੀ, ਹੈ ਨਾ। ਬਟ ਜੇ ਤੁਹਾਡੇ ਜ਼ਮੀਰ ਜਾਗਦੇ ਹਨ ਤਾਂ ਚਲਦੀ ਵੀਡੀਓ ਜ਼ਰੂਰ ਸ਼ੇਅਰ ਕਰਦੇ। ਕਿਉਂ ਸ਼ੇਅਰ ਕਰਦੇ? ਕਿਉਂਕਿ ਗੁਰੂ ਘਰ ਦੇ ਵਜ਼ੀਰ, ਗੁਰੂ ਘਰ ਦੇ ਪਾਠੀ ਸਿੰਘ ਨੂੰ ਲੈਣ ਆਏ ਹਾਂ, ਔਰ ਉਹਦੀ ਹਾਲਤ ਇੰਨੀ ਕੁ ਜ਼ਿਆਦਾ ਗੰਭੀਰ ਹੈ। ਛੋਟੀ ਜਿਹੀ ਗੱਲ ਸੀਗੀ, ਲੇਕਿਨ ਗੱਲ ਦਾ ਬਤੰਗੜ ਬਣਦੇ ਹੋਏ ਟਾਈਮ ਨਹੀਂ ਲੱਗਦਾ। ਉਹਦਾ ਹੈਂਡੀਕੈਪ ਭਰਾ ਹੈ ਬਿਲਕੁਲ, ਦੋਨੋਂ ਲੱਤਾਂ ਕੰਮ ਨਹੀਂ ਕਰਦੀਆਂ, ਦਿਖਾਇਓ ਯਾਰ, ਦੋਨੋਂ ਲੱਤਾਂ ਕੰਮ ਨਹੀਂ ਕਰਦੀਆਂ। ਇਹ ਉਹਦੇ ਨਾਲ ਐਜ਼ ਏ ਅਟੈਂਡੈਂਟ ਜਾਣ ਲੱਗਿਆ, ਐਜ਼ ਏ ਅਟੈਂਡੈਂਟ ਜਾਣ ਲੱਗਿਆ। ਪੇਸ਼ੈਂਟ ਬਹੁਤ ਜ਼ਰਾ ਇਕੱਠੀ ਗੱਲ ਹੈ, ਗੁਰੂ ਘਰ ਦਾ ਵਜ਼ੀਰ ਸੀਗਾ। ਆਪਾਂ ਗੱਲ ਕਰਦੇ ਆਪਣੇ ਪਿੰਡਾਂ ਪਿੰਡਾਂ 'ਚ ਸੇਵਾ ਸੰਭਾਲ ਲਈ ਹੈ, ਗੱਲ ਕਰਦੇ ਆਪਾਂ ਆਪਣੇ ਪਾਠੀ ਸਿੰਘਾਂ ਨੂੰ ਸੰਭਾਲ ਲਈ ਹੈ ਨਾ। ਨੰਬਰ ਤੁਹਾਡੇ ਕੋਲ ਚੱਲ ਰਹੇ ਹੈ, ਲਗਾਤਾਰ ਵੀਡੀਓ ਸ਼ੇਅਰ ਕਰਨ ਦੀ ਅਪੀਲ ਕਰ ਰਹੇ ਹਾਂ, ਕਿਉਂਕਿ ਕੁਛ ਦਿਨ ਪਹਿਲਾਂ ਸਤਨਾਮ ਸਿੰਘ ਇੱਕ ਹੋਰ ਪਾਠੀ ਸਿੰਘ ਸੀਗਾ, ਉਹਨੂੰ ਲੈ ਕੇ ਗਏ ਸੀ ਪਿੰਡ ਝਬਾਲ ਤੋਂ। ਉਹ ਵੀ ਇਸ ਤਰ੍ਹਾਂ ਹੀ ਬੜੀ ਬੁਰੀ ਹਾਲਤ ਦੇ ਵਿੱਚ ਸੀਗਾ, ਕੁਛ ਦਿਨ ਪਹਿਲਾਂ ਲੈ ਕੇ ਗਏ ਸੀ। ਉਹੀ ਵੀਡੀਓ ਇਹਨਾਂ ਨੇ ਦੇਖਿਆ ਔਰ ਸ਼ੇਅਰ ਕੀਤਾ, ਔਰ ਹੁਣੇ ਆਉਂਦੇ ਜੰਡਿਆਲੇ ਗੁਰੂ ਤਾਂ ਇੱਕ ਹੋਰ ਪਿੰਡ ਹੈ, ਉੱਥੋਂ ਇੱਕ ਕੋਈ ਹੋਰ ਸਿੰਘ ਪਿਆ, ਉਹਦੀ ਪੂਰੀ ਬਾਂਹ ਗਲੀ ਪਈ ਹੈ, ਕੀੜੇ ਪਏ ਹੋਏ ਆ। ਉਹਦੇ ਲਈ ਫੋਨ ਆਇਆ, ਕਿਉਂਕਿ ਤੁਸੀਂ ਵੀਡੀਓ ਸ਼ੇਅਰ ਕੀਤੇ ਸੀ ਤਾਂ ਲੋਕ ਫੋਨ ਕਰ ਰਹੇ, ਇਸ ਲਈ ਆਪਣੇ ਸ਼ੇਅਰ ਦੀ ਵੈਲਿਊ ਸਮਝੋ, ਬਹੁਤ ਜ਼ਰੂਰੀ ਹੈ। ਦਿਖਾਇਓ ਹੋਇਆ ਕਿਆ ਲੱਤਾਂ ਨੂੰ, ਕਿਸੇ ਦੀ ਇੰਨੀ ਭਿਆਨਕ ਲੱਤਾਂ, ਇਹ ਦੋਨੋਂ ਲੱਤਾਂ ਕੱਟਣਗੀਆਂ, ਇਹਦੀਆਂ ਪੂਰੀਆਂ ਖਰਾਬ ਹੋ ਚੁੱਕੀਆਂ ਨੇ, ਪੂਰੀਆਂ ਦੋਨੋਂ ਲੱਤਾਂ ਪੂਰੀਆਂ ਗਲ ਚੁੱਕੀਆਂ ਨੇ, ਬੜੇ ਹੀ ਭਿਆਨਕ ਹਾਲਾਤਾਂ 'ਚ ਪਿਆ ਹੈ। ਔਰ ਪਿਛਲੇ ਕਿੰਨੇ ਦਿਨ ਤੋਂ ਖਾਣਾ ਨਹੀਂ ਖਾਇਆ? ਪੰਜ ਛੇ ਦਿਨ ਹੋ ਗਏ ਖਾਣਾ ਖਾਇਆ ਨਹੀਂ ਖਾਇਆ। ਡੈਡ ਟਿਸ਼ੂ ਦੀ ਇੰਨੀ ਜ਼ਿਆਦਾ ਸਮੈਲ ਹੈ, ਇੰਨੀ ਜ਼ਿਆਦਾ ਭਿਆਨਕ, ਬਸ ਨੇੜੇ ਖੜ੍ਹੇ ਹੋਣਾ ਔਖਾ। ਮੱਖਣ ਸਿੰਘ ਕਿਆ ਕੰਮ ਕਰਦੇ ਸੀਗੇ? ਇਲੈਕਟ੍ਰੀਸ਼ਨ ਸੀਗਾ, ਪਾਠੀ ਸਿੰਘ ਦੀ ਸੇਵਾ ਵੀ ਨਿਭਾਉਂਦੇ ਸੀ ਨਾਲ ਨਾਲ, ਅਖੰਡ ਪਾਠ ਪੂਰਾ ਕਰਦੇ ਹੋ? ਹਾਂਜੀ। ਹੈ ਨਾ, ਨਾਲ ਵੀਰ ਗੁਰੂ ਗ੍ਰੰਥ ਸਾਹਿਬ ਦੀ, ਹੈ ਨਾ, ਸਾਡੇ ਜੀਵਤ ਗੁਰੂ ਦੀ ਸੇਵਾ ਵੀ ਨਿਭਾਉਂਦਾ ਸੀਗਾ ਅਤੇ ਨਾਲ ਨਾਲ ਆਪਣੀ ਕਿਰਤ ਵੀ ਕਰਦਾ ਸੀਗਾ, ਐਜ਼ ਏ ਇਲੈਕਟ੍ਰੀਸ਼ਨ ਵੀ ਕੰਮ ਕਰਦਾ ਸੀਗਾ। ਹੁਣ ਤੁਹਾਨੂੰ ਬੇਨਤੀਆਂ ਨੇ ਕਿ ਇਹਨੂੰ ਲੈ ਕੇ ਚੱਲਿਆ ਇਲਾਜ ਲਈ ਜ਼ਿਲ੍ਹਾ ਮੋਹਾਲੀ ਦੇ ਵਿੱਚ ਸਾਡੇ ਸੈਂਟਰ ਚੱਲਦੇ ਨੇ। ਤੁਹਾਨੂੰ ਪਤਾ ਦੋ ਸੈਂਟਰ ਚੱਲਦੇ ਨੇ, ਤੀਜਾ ਨਵਾਂ ਸੈਂਟਰ ਖਰੜ ਦੇ ਲਾਗੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਨੇ, ਤਿੰਨੋਂ ਸੈਂਟਰ ਉੱਥੇ ਇੱਦਾਂ ਦੇ ਮਰੀਜ਼ਾਂ ਦੀ ਸੇਵਾ ਸਹਿਯੋਗ ਲਗਾਤਾਰ ਸੰਗਤ ਦੇ ਸਹਿਯੋਗ ਦੇ ਨਾਲ ਚੱਲਦਾ ਨਾ। ਤੁਹਾਡੇ ਤੋਂ ਹਮੇਸ਼ਾ ਅਪੀਲ ਰਹਿੰਦੀ ਹੈ, ਔਨਲਾਈਨ ਸੇਵਾ ਨਿਭਾਓ, ਨਾਲੇ ਸੇਵਾ ਨਿਭਾਓ। ਤੁਹਾਡੇ ਕੋਲ ਨੰਬਰ ਲਗਾਤਾਰ ਚੱਲ ਰਹੇ ਨੇ ਨਾ। ਮੈਂ ਇੱਥੇ ਆ ਕੇ ਇੰਨਾ ਹੈਰਾਨ ਹੋਇਆ, ਮੈਨੂੰ ਗੱਲ ਦੱਸੋ, ਤੁਹਾਡੇ ਦੋਨੋਂ ਲੱਤਾਂ ਨਹੀਂ ਹੈਗੀਆਂ, ਹੈ ਨਾ, ਫਿਰ ਵੀ ਤੁਹਾਡੇ ਪਰਿਵਾਰ 'ਚ ਕੋਈ ਜੀ ਨਾਲ ਜਾ ਕੇ ਤਿਆਰ ਨਹੀਂ ਹੈਗਾ? ਪਾਪਾ ਜੀ, ਮੈਂ ਅੱਜ ਕੋਸ਼ਿਸ਼ ਕੀਤੀ, ਇਹਨਾਂ ਦੇ ਬੱਚਿਆਂ ਦਾ ਕਰਕੇ ਨਹੀਂ ਤੁਰਦੇ ਪਾਪਾ ਜੀ, ਕੋਈ ਨਹੀਂ ਤੁਰਦਾ। ਹਾਂਜੀ ਨਹੀਂ, ਮੈਨੂੰ ਇਹ ਦੱਸੋ, ਜ਼ਿੰਦਾ ਇਨਸਾਨ ਨੂੰ ਲੋੜ ਹੈ, ਮਰਨ ਤੋਂ ਬਾਅਦ ਥੋੜ੍ਹਾ ਲੋੜ ਹੈ? ਮੈਨੂੰ ਤਾਂ ਬਾਬਾ ਜੀ ਦਾ ਸਦਾ ਹੀ ਲੋੜ ਹੈ, ਜ਼ਿੰਦਾ ਚਾਹੀਦਾ ਮੈਂ ਅਤੇ ਇਹਦੇ ਹੀ ਸਿਰ 'ਤੇ ਮੇਰਾ। ਜ਼ਿੰਦਾ ਤਾਂ ਤੁਹਾਨੂੰ ਚਾਹੀਦਾ ਹੈ, ਲੇਕਿਨ ਜ਼ਿੰਦਾ ਕਰਨ ਲਈ ਐਫਰਟਸ ਕਰਨੇ ਪੈਣੇ, ਥੋੜ੍ਹੀ ਮਿਹਨਤ ਕਰਨੀ ਪੈਣੀ ਹੈ। ਕ੍ਰਿਟੀਕਲ ਪੇਸ਼ੈਂਟ ਨਾਲ ਕੋਈ ਤਗੜਾ ਬੰਦਾ ਜਾਏ ਜੇ ਪਰਿਵਾਰ ਦਾ ਜੀ, ਕਿ ਤੁਹਾਡੀ ਤਾਂ ਦੋਨੋਂ ਲੱਤਾਂ ਕੰਮ ਨਹੀਂ ਕਰਦੀਆਂ। ਬਾਬਾ ਜੀ, ਮੈਂ ਤੁਹਾਨੂੰ ਤੁਹਾਡੇ ਨਾਲ ਜਾਣਾ ਹੀ ਹੈ, ਮੈਂ ਨਹੀਂ ਤੁਰਦੇ ਬਾਬਾ ਜੀ। ਤੁਰਦੇ ਨਹੀਂ, ਲਾ ਲਿਆ ਜ਼ੋਰ ਬਾਬਾ ਜੀ, ਮੈਂ ਮੈਨੂੰ ਤਾਂ ਲੋੜ ਆਪਣੇ ਭਰਾ ਦੀ। ਕਿਆ ਕਹੀਏ, ਕਿਆ ਕਹੀਏ ਕਿਸੇ ਨੂੰ, ਕਿਆ ਕਹੀਏ ਨਾ। ਆਪ ਸੋਚ ਕੇ ਦੇਖੋ ਨਾ, ਬੱਚੇ ਹੈਗੇ ਤਿੰਨ ਚਾਰ ਤਿੰਨ ਬੱਚੇ ਇਹਨਾਂ ਦੇ ਬਾਬਾ ਜੀ? ਇਹ ਤਿੰਨ ਬੇਟੀਆਂ ਅਤੇ ਇੱਕ ਬੇਟਾ ਜੀ। ਪਤਨੀ ਵੀ ਹੈਗੀ ਹੈ? ਹਾਂਜੀ। ਕੋਈ ਵੀ ਤੁਰ ਕੇ ਤਿਆਰ ਨਹੀਂ ਬਾਬਾ ਜੀ?
ਬੱਚਿਆਂ ਕਰਕੇ ਨਹੀਂ ਤੁਰਦੇ ਗਏ। ਮੈਂ ਤਾਂ ਜ਼ੋਰ ਲਾ ਲਿਆ, ਮੈਂ ਕਿਹਾ ਚਲੋ ਇੱਕ ਜਣਾ ਤੁਸੀਂ ਨਾਲ ਚਲ ਜਾਓ। ਕੁੜੀਆਂ ਵੀ ਤਾਂ ਬਾਪ ਹੈ ਉਹਨਾਂ ਦਾ। ਬਾਬਾ ਜੀ ਬਾਪ ਤਾਂ ਹੈ ਬਾਬਾ ਜੀ, ਮੈਂ ਤਾਂ ਕਿਹਾ ਨਾ ਇੱਕ ਜਣੀ ਨਾਲ, ਇੱਕ ਤਾਂ ਬੇਟੀ ਚਲਾ ਦਿਓ ਬਾਬਾ ਜੀ ਇਹਨਾਂ ਦੇ, ਉਦੋਂ ਵੀ ਜ਼ਿਆਦਾ ਤੰਗ ਅਸੀਂ ਇਸ ਕਰਕੇ ਵੀ ਚਲੋ ਇਹਦੇ ਜਿੰਦੇ ਜਿੰਦੇ ਬਾਬਾ ਜੀ। ਯਾਰ ਇਹ 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 ਲੱਤਾਂ ਦਾ ਦੇਖੋ ਜਰਾ। ਹਾਂਜੀ ਹਾਂਜੀ, ਇਹ ਸਭ ਕੁਛ ਤਾਂ ਬਾਹਰ ਆਇਆ ਪਿਆ, ਇਹਦਾ ਇੰਨੇ ਡੈਡ ਟਿਸ਼ੂ ਨੇ ਭਿਆਨਕ ਸਮੈਲ ਆ ਨਾ। ਹਾਂਜੀ, ਕਿਆ ਕਹੀਏ ਕਿਸੇ ਨੂੰ ਵੀ। ਸੇਵਾ ਦੇ ਵਿੱਚ ਜ਼ਰੂਰ ਸਹਿਯੋਗ ਕਰੋ, ਬਹੁਤ ਜ਼ਿਆਦਾ ਮਰੀਜ਼ ਨੇ ਸਾਡੇ ਕੋਲ ਇਸ ਤਰ੍ਹਾਂ ਦੇ, ਬਹੁਤ ਜ਼ਿਆਦਾ, ਔਰ ਲਗਾਤਾਰ ਕੌਲਸ ਲਗਾਤਾਰ ਆ ਰਹੀਆਂ ਨੇ। ਤਾਂ ਹੀ ਤੁਹਾਨੂੰ ਬੇਨਤੀਆਂ ਕਰਦੇ ਹਾਂ, ਔਨਲਾਈਨ ਸ਼ੇਅਰ ਵੀ ਕਰੋ, ਤੁਹਾਡੇ ਨਾਲ ਜੁੜਨ ਦੀ ਬਹੁਤ ਜ਼ਿਆਦਾ ਲੋੜ ਹੈ, ਬਹੁਤ ਜ਼ਿਆਦਾ ਲੋੜ ਹੈ। ਗੂਗਲ ਪੇ ਨੰਬਰ ਤੁਹਾਡੇ ਕੋਲ ਲਗਾਤਾਰ ਚੱਲਦੇ ਨੇ, ਸੇਵਾ ਦੇ ਵਿੱਚ ਸਹਿਯੋਗ ਦੀ ਅਪੀਲ ਲਗਾਤਾਰ ਕਰਦੇ ਹਾਂ, ਬਹੁਤ ਜ਼ਿਆਦਾ ਲੋੜ ਹੈ ਸਾਨੂੰ। ਬਹੁਤ ਜ਼ਿਆਦਾ ਮਰੀਜ਼ ਨੇ, ਸੈਂਟਰ ਭਰੇ ਪਏ ਨੇ, ਕਰੀਏ ਕਿਆ ਸਮਝ ਨਹੀਂ ਆਉਂਦਾ। ਪੇਸ਼ੈਂਟਸ ਦੀ ਲਗਾਤਾਰ ਕੌਲ ਆ ਰਹੀ ਹੈ, ਨਾ ਸਿਰਫ ਪੰਜਾਬ 'ਚੋਂ, ਪੰਜਾਬ ਦੇ ਬਾਹਰੋਂ ਬਹੁਤ ਕੌਲਸ ਆਉਂਦੀਆਂ ਨੇ, ਬਹੁਤ ਪੇਸ਼ੈਂਟ ਲਗਾਤਾਰ ਪਹੁੰਚ ਰਹੇ ਨੇ। ਸੇਵਾ ਦੇ ਵਿੱਚ ਸਹਿਯੋਗ ਦੀ ਲੋੜ ਹੈ, ਲੇਕਿਨ ਸਾਡੇ ਕੋਲ ਰੱਖਣ ਦੀ ਥਾਂ ਘੱਟਦੀ ਜਾ ਰਹੀ ਹੈ, ਪਹਿਲਾਂ ਹੀ ਘੱਟ ਹੈ, ਲੇਕਿਨ ਕਿੱਥੇ ਕਿੱਥੇ ਕਰੀਏ ਨਾ, ਸਮਝ ਨਹੀਂ ਆਉਂਦਾ ਕਈ ਵਾਰ। ਤਾਂ ਹੀ ਤੁਹਾਨੂੰ ਬੇਨਤੀਆਂ ਕਰਦੇ ਹਾਂ, ਨਾਲ ਜੁੜੋ, ਬਹੁਤ ਜ਼ਰੂਰੀ ਸੇਵਾ ਸਹਿਯੋਗ ਦੀ ਲੋੜ ਹੈ ਨਾ ਇਸ 'ਚ। ਇੱਕ ਹੋਰ, ਲੋਕਾਂ ਤੱਕ ਜ਼ਰੂਰ ਵੀਡੀਓ ਪਹੁੰਚਾਇਓ, ਬਹੁਤ ਜ਼ਰੂਰੀ ਸੇਵਾ ਹੈ। ਔਨਲਾਈਨ ਸੇਵਾ ਕਰਨਾ ਭੁੱਲਿਓ ਨਾ ਪਲੀਜ਼, ਬਹੁਤ ਆਪਣੇ ਸ਼ੇਅਰ ਦੀ ਵੈਲਿਊ ਜ਼ਰੂਰ ਸਮਝੋ, ਤੁਹਾਡਾ ਹਰੇਕ ਸ਼ੇਅਰ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰ ਰਿਹਾ। ਇਕੱਲੇ ਇਕੱਲੇ ਜ਼ਿਲ੍ਹੇ 'ਚ, ਇਕੱਲੇ ਇਕੱਲੇ ਪਿੰਡਾਂ 'ਚ, ਸ਼ਹਿਰਾਂ 'ਚ ਮਰੀਜ਼ ਭਰੇ ਪਏ ਨੇ, ਹੈ ਨਾ। ਇਨਸਾਨੀਅਤ ਦਾ ਬਹੁਤ ਜ਼ਿਆਦਾ ਘਾਣ ਹੈ ਨਾ, ਸਾਡੇ ਜੇਬ 'ਚ ਚਾਰ ਛਿੱਲੜ ਪਰਮਾਤਮਾ ਨੇ ਬਖਸ਼ਤੇ ਆ, ਚਾਰ ਪੈਸੇ ਚੰਗੇ ਪਾਏ ਹੋਏ ਆ, ਇਹ ਨਾ ਸਮਝੋ ਹਰੇਕ ਦੇ ਕੋਲ ਹੈਗੇ ਨੇ। ਬਹੁਤ ਜ਼ਰੂਰੀ ਸੇਵਾਵਾਂ ਨੇ, ਜ਼ਰੂਰ ਸਹਿਯੋਗ ਦਿਓ, ਬਹੁਤ ਲੋੜ ਹੈ।